ਸਟੇਟ 2024 ਦੀ ਜੋ ਡੇਟ ਆ ਚੁੱਕੀ ਹੈ ਮਈ ਵਿੱਚ ਜੋ ਐਗਜ਼ਾਮ ਹੋਣ ਜਾ ਰਹੇ ਹਨ ਉਸ ਨੇ ਜਿਹੜੇ ਬੀਐਡ ਦੇ ਵਿਦਿਆਰਥੀ ਜਿਹੜੇ ਫਰਸਟ ਸੈਮ ਵਿੱਚ ਜਾਂ ਸੈਕੰਡ ਸੈਮ ਜਾਂ ਥਰਡ ਸੈਮ ਜਾਂ ਫੋਰਥ ਸੈਮ ਵਿੱਚ ਨੇ ਉਹਨਾਂ ਲਈ ਥੋੜੀ ਜੀ ਕਨਫਿਊਜ਼ਨ ਜਾਂ ਟੈਂਸ਼ਨ ਕ੍ਰੀਏਟ ਕੀਤੀ ہوئی ਹੈ ਕਿ ਕੀ ओ ਪੀਐਸਟੈਟ ਵਿੱਚ ਅਪੀਅਰ ਹੋਣ ਲਈ ਐਲੀਜੀਬਲ ਹਨ ਜੇਕਰ ਉਹ ਪੀਐਸਟੈਟ ਪਾਸ ਕਰ ਜਾਂਦੇ ਹਨ ਤਾਂ ਕੀ ਉਹਨਾਂ ਦਾ ਰਿਜ਼ਲਟ ਜਿਹੜਾ ਹੈ ਵੈਲਿਡ ਮੰਨਿਆ ਜਾਏਗਾ ਇਸ ਕਾਫੀ ਕੁਐਸਚਨ ਇਸ ਤਰ੍ਹਾਂ ਦੇ ਮੈਨੂੰ ਬਾਰ-ਬਾਰ ਇਵਨ ਵਟਸਐਪ ਤੇ ਵੀ ਸਿੱਧੇ ਮੈਸੇਜ ਵੀ ਔਰ ਕਮੈਂਟ ਤੇ ਵੀ ਆ ਰਹੇ ਨੇ ਉਸ ਦੀ ਕਲੈਰੀਫਿਕੇਸ਼ਨ ਲਈ ਇਹ ਵੀਡੀਓ ਉਹ ਪ੍ਰੂਫ ਮੰਗਦੇ ਨੇ ਇਸ ਲਈ ਪ੍ਰੂਫ ਸਮੇਤ ਪਾ ਰਿਹਾ ਹਾਂ ਥੋੜੀ ਜੀ ਐਕਸਪਲੇਨੇਸ਼ਨ ਨਾਲ ਦੱਸਾਂਗਾ ਇਹ ਆਰਡਰ ਹੈ ਐਨਸੀ ਨੈਸ਼ਨਲ ਕਾਉਂਸਲ ਔਰ ਟੀਚਰ এডਿਕੇਸ਼ਨ ਇਹ ਅਸੀਂ ਜਾਣਦੇ ਹਾਂ ਕਿ ਸਾਡੇ ਟੀਚਰ ਟ੍ਰੇਨਿੰਗ ਕੋਰਸਸ ਜਿਸ ਨੂੰ ਟੀਚਰ এডਿਕੇਸ਼ਨ ਕੋਰਸਸ ਜਿਹਦੇ ਵਿੱਚ ਬੀਐਡ ਡੀਐਲਐਡ ਐਮਐਡ ਇਹ ਸਾਰੇ ਆ ਜਾਂਦੇ ਨੇ ਇਹ ਇਸ ਨੂੰ ਰੈਗੂਲੇਟ ਕੰਟਰੋਲ ਕਰਨ ਵਾਲੀ ਹੈ ਨਾ ਏਜੰਸੀ ਇਹ ਹੈ ਸੋ ਇਹ ਜਿਹੜਾ ਨੋਟਿਸ ਹੈ ਇਹ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਸੀਟੈਟ ਜਾਂ ਟੀਈਟੀ ਵਿੱਚ ਜਿਹੜਾ ਬੱਚਾ ਪਰਸਿਊ ਕਰ ਰਿਹਾ ਹੈ ਉਸ ਪਰਸਿਊ ਸ਼ਬਦ ਦੀ ਕਲੈਰੀਫਿਕੇਸ਼ਨ ਲਈ ਕੇਸ ਹੋਇਆ ਸੀ ਜਿਸ ਦੀ ਜਿਸ ਦੇ ਆਰਡਰ ਤੋਂ ਬਾਅਦ ਐਨਸੀਟੀ ਇਹ ਸਰਕੂਲੇਸ਼ਨ ਜਾਰੀ ਕਰ ਰਹੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਐਲੀਜੀਬਲ ਹੋ ਪੀਐਸਟੈਟ ਵਿੱਚ ਵੀ ਅਪੀਅਰ ਹੋਣ ਲਈ ਸੋ ਸਬਜੈਕਟ ਹੈ ਕਲੈਰੀਫਿਕੇਸ਼ਨ ਰਿਗਾਰਡਿੰਗ एलिਜੀਬਿਲਟੀ ਫॉर ਅਪੀਅਰਿੰਗ ਇਨ ਸੀਟੀਈਟੀ ਲੇਕਿਨ ਅੱਗੇ ਜਾ ਕੇ ਸ਼ਬਦ ਟੀਈਟੀ ਮਿਲੇਗਾ ਜਿਹੜਾ ਸੁਪਰੀਮ ਕੋਰਟ ਦੇ ਨਿਰਦੇਸ਼ਨ ਉਹ ਪੈਰਾ ਪੂਰਾ ਦਿੱਤਾ ਗਿਆ ਹੈ ਟੀਈਟੀ ਜਿੱਥੇ ਆ ਜਾਂਦਾ ਹੈ ਉਥੇ ਸਟੇਟ ਟੀਈਟੀ ਔਰ ਸੈਂਟਰ ਟੀਈਟੀ ਦੋਨੋਂ ਹੀ ਸ਼ਾਮਲ ਹੁੰਦੀਆਂ ਨੇ Uh, so uh, subject i am directed for the ref, uh, uh, to refer your letter number dash uh, ithe tgt punjabi female 2000 ਬਾਈ ਡੇਟਡ ਸਾਰਾ ਕੁਝ ਲਿਖਿਆ ਹੋਇਆ ਹੈ ਜਦੋਂ ਇਹ ਫੈਸਲਾ ਹੋਇਆ ਹੈ ਔਨ ਦੀ ਸਬਜੈਕਟ ਸਾਈਟਡ ਅਬਵ ਸੇ ਦੈਟ ਸਿਵਲ ਅਪੀਲ ਇਹ ਮੇਰੇ ਖਿਆਲ ਸਮਝਣ ਦੀ ਜ਼ਰੂਰਤ ਨਹੀਂ ਹੈ ਇਹ ਡੇਟਸ ਵਗੈਰਾ ਹੈ ਬਾਈ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵਾਈਡ ਆਰਡਰ ਡੇਟਡ ਔਨ 16 7 2019 ਠੀਕ ਸੋ ਉਹ ਆਰਡਰ ਕੀ ਸੀ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਪੈਰਾ 8.3 ਐਜ਼ ਪਰ ਡਿਕਸ਼ਨਰੀ मीनिंग ਆਫ ਵਰਡ ਪਰਸੂਇੰਗ means uh, undergoing uh, chal reha and or proceeding further te uh, uh, agge chal reha uh, therefore a candidate who has been admitted in any of a ttc teacher training course and undergoing the teacher training course can be said to be pursuing uh, jisne matlab admission le li hai usnu pursuing vich shamil uh, rakha janda hai kita janda hai ki wo us course nu no pursue kar reha hai such teacher training course and shall be eligible to appear in TAT. shall be eligible to appear in TET examination irrespective of the fact that whether by the last date specified by the filling up online form of for TET examination he has in fact appeared in examination of the concerned teacher training course and the result is awaited beshak result awaited hai a agge oh uh, clarification last the last para pad ke tanu sari clarity zyada ho jayegi pursuing the requisite teacher training course is sufficient to make such a candidate eligible to appear in tet exam whether I is means cet atv or ptatv or haryana tatv baki sab rajasthan reet Vagara sab kuch uh, examination therefore on a fair reading of clause 1 uh, uh, point 2 okay of uh, ਦੀ ਐਨਸੀਟੀ ਗਾਈਡਲਾਈਨਸ ਜੋ ਪੰਜ ਬ੍ਰੈਕਟ ਵਿੱਚ ਦੋ ਦਿੱਤਾ ਗਿਆ ਹੈ ਇਹ ਵਾਲੀ ਗਾਈਡਲਾਈਨ ਨੂੰ ਜਦੋਂ ਪੜਿਆ ਜਾਂਦਾ ਹੈ ਉਸ ਦੇ ਸਪਸ਼ਟਿਕਰਨ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਪਰਸਨ ਹੂ ਹੈਜ਼ ਬਿਨ ਐਡਮਿਟਿਡ TTC ਐਡਮਿਟਿਡ ਇਸ ਨੂੰ ਸਮਝ ਲਓ ਐਡਮਿਟਿਡ ਮੀਨ ਜੇ ਅੱਜ ਤੁਹਾਡੀ ਐਡਮਿਸ਼ਨ ਹੋਈ ਹੈ ਜਿਨ੍ਹਾਂ ਨੂੰ ਮੈਂ ਬੀਅਡ ਇੰਟਰਸਟਸਟਲੀ ਗਾਈਡ ਕੀਤਾ ਸੀ ਉਹਨਾਂ ਦੀ ਐਡਮਿਸ਼ਨ ਹੋਈ ਸੀ ਉਦੋਂ ਵੀ ਜੇ ਪੀਐਸਟ ਆ ਜਾਂਦਾ ਸੀ ਉਦੋਂ ਵੀ ਤੁਸੀਂ ਐਲੀਜੀਬਲ ਸੀ ਹੈਜ਼ ਬਿਨ ਐਡਮਿਟਿਡ ਇਨ TTC ਜੇ ਹਜੇ ਐਡਮਿਸ਼ਨ ਹੋਈ ਹੀ ਹੈ ਫਿਰ ਵੀ ਤੁਸੀਂ ਟੀਟੀ ਦੇ ਵਿੱਚ ਬੈਠਣ ਲਈ ਐਲੀਜੀਬਲ ਹੋ ਐਂਡ ਇਜ਼ ਪਰਸੂਇੰਗ ਮਤਲਬ ਕਿ ਕਰ ਰਿਹਾ ਹੈ ਬੀਐਡ ਜਾਂ ਡੀਐਲਐਡ ਹੀ ਸ਼ੀ ਕੈਨ ਅਪੀਅਰ ਇਨ ਟੀਟੀ ਐਗਜ਼ਾਮੀਨੇਸ਼ਨ ਇਹ ਲਾਈਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਤੁਹਾਡੇ ਸਵਾਲਾਂ ਦੇ ਜਵਾਬ ਵਿੱਚ ਆਉਂਦੀ ਹੈ ਪੈਰਾ 8 ਦੇਰਫੋਰ ਇਟ ਇਜ਼ ਕਲੀਅਰ ਦੈਟ ਦਾ ਰਿਸਪੈਕਟਿਵ ਟੂ ਮੇਰੇ ਖਿਆਲ ਲੰਬੇ ਚੌੜੇ ਇਹਦੇ ਵਿੱਚ ਨਾ ਪਈਏ ਲਾਸਟ ਤੇ ਚਲੇ ਜਾਂਦੇ ਇਟ ਇਜ਼ ਕਲੀਅਰ ਫਰਮ ਦਾ ਆਰਡਰ passed by honorable uh, supreme court of india that the candidate who has been admitted in any ttc ਹੈ ਕਲੈਰੀਫਿਕੇਸ਼ਨ ਹੈ ਫਿਰ ਹਨਾ ਉਹ ਕੋਰ ਦੇ ਵਰਡ ਸੀ ਇਹ ਐਨਸੀਟੀ ਦੇ ਵਰਡ ਹੈ ਹੈਜ਼ ਬੀਨ ਐਡਮਿਟਡ ਇਨ ਐਨੀ ਟੀਟੀਸੀ ਟੀਚਰ ਟ੍ਰੇਨਿੰਗ ਕੋਰਸ ਐਂਡ ਅੰਡਰਗੋਇੰਗ ਦਾ ਟੀਚਰ ਟ੍ਰੇਨਿੰਗ ਕੋਰਸ ਕੈਨ ਬੀ ਸੈਟ ਟੂ ਪਰਸੂਇੰਗ ਸੱਚ ਟੀਚਰ ਟ੍ਰੇਨਿੰਗ ਕੋਰਸ ਐਂਡ ਅ ਫੇਅਰ ਰੀਡਿੰਗ ਆਫ ਕਲੋਜ਼ ਹਾਂ ਓਕੇ ਹੈ ਲਗਭਗ ਉਹ ਸੁਪਰੀਮ ਕੋਰਟ ਦੀ ਰੈਪੀਟੀਸ਼ਨ ਹੀ ਹੈ ਹਾਂ ਲਾਸਟ ਹੈ ਇਨ ਵਿਊ ਆਫ ਅਬਵ ਇਟ ਇਜ਼ ਕਲੈਰੀਫਾਈਡ ਦੈਟ ਦਾ ਫੇਅਰ ਰੀਡਿੰਗ ਆਫ ਕਲੋਜ਼ ਅ ਪਰਸਨ ਹੂ ਹੈਜ਼ ਬੀਨ ਐਡਮਿਟਡ ਇਨ ਅ ਐਗਜ਼ੈਕਟ ਸੁਪਰੀਮ ਕੋਰਟ ਦੀ ਵਰਡਿੰਗ ਦੀ ਰੈਪੀਟੀਸ਼ਨ ਹੈ ਉਸ ਨੂੰ ਲੇਕਿਨ ਸਪਸ਼ਟ ਕਰਨ ਵਿੱਚ ਹੋਰ ਪੜ ਲੈਣਾ ਚਾਹੀਦਾ ਹੈ TTC ਐਂਡ ਇਜ਼ ਪਰਸੂਇੰਗ ਹੀ ਸ਼ੀ are uh, uh, eligible for appearing in TET examination if otherwise eligible as per extent guideline of TET uh, circulated on 11/2/2011 ke baki diyan guideline jo dittiyan gaiyan han doho jadon uh, first uh, T, uh, NCT dwara dittiyan gaiyan si baki diyan lagu hon ge lekin admission ho chuki hai pursue kar rya hai te oh eligible hai ਐਜ਼ ਅਮੈਂਡਡ ਫਰੋਮ ਟਾਈਮ ਟੂ ਟਾਈਮ ਜੇ ਉਹ ਅਮੈਂਡ ਹੁੰਦੀਆਂ ਹਨ ਸੋ ਉਹ ਕਲੀਅਰ ਹੈ ਕਿ ਤੁਸੀਂ ਜਿਹੜੇ ਬੀਐਡ ਕਰ ਰਹੇ ਹੋ ਡੀਐਲਐਡ ਕਰ ਰਹੇ ਹੋ ਫਰਸਟ ਜੋ ਸੈਕਿੰਡ ਜੋ ਥਰਡ ਜੋ ਫੋਰਥ ਜੋ ਹੋ ਅਲੀਜੀਬਲ ਹੋ ਤਾਂ ਜਿਹੜਾ ਏਪੀਐਸ ਟੈਟ ਆ ਰਿਹਾ ਹੈ ਉਸਦੇ ਫਾਰਮ ਤੁਹਾਨੂੰ ਫਿਲ ਕਰਦੇ ਨੇ ਚਾਹੀਦੇ ਹਨ ਹੋਰ ਵੀ ਬੜੇ ਕਾਰਨ ਨੇ ਅ ਜਿਹੇ ਜੋ ਐਗਜ਼ਾਮ ਤੁਸੀਂ ਦਿੰਦੇ ਹੋ ਟੈਸਟ ਦਿੰਦੇ ਹੋ ਕੰਪੀਟੀਟਿਵ ਐਗਜ਼ਾਮ ਦਿੰਦੇ ਹੋ ਉਹਨਾਂ ਦੀ ਐਲੀਜੀਬਿਲਟੀ ਤੁਹਾਡੀ ਜਾ ਕੇ ਚੈੱਕ ਨਹੀਂ ਕੀਤੀ ਜਾਂਦੀ ਜਦੋਂ ਰਿਕਰੂਟਮੈਂਟ ਹੁੰਦੀ ਹੈ ਉਸ ਵਕਤ ਕਿਹਾ ਜਾਂਦਾ ਹੈ ਕਿ ਰਿਕਰੂਟਮੈਂਟ ਅਥਾਰਟੀ ਉਸ ਨੂੰ ਈਵੈਲੂਏਟ ਕਰ ਲਵੇ ਅਸੈਸ ਕਰ ਲਵੇ ਤੇ ਇਹ ਜੇ ਤੁਸੀਂ ਪਹਿਲੀ ਵਾਰ ਦਿੰਦੇ ਹੋ ਜ਼ਰੂਰੀ ਨਹੀਂ ਹੈ ਕਿ ਸਾਰੇ ਦੇ ਸਾਰੇ ਕੈਂਡੀਡੇਟ ਪਾਸ ਹੋ ਜਾਣ ਅੱਛਾ ਜੇ ਤੁਸੀਂ ਪਾਸ ਹੋ ਵੀ ਗਏ ਹੋਣ ਤੇ ਹੋ ਸਕਦਾ ਹੈ ਤੁਹਾਡੇ ਅੱਜ ਤੇ 90 ਨੰਬਰ 82 ਨੰਬਰ ਰਿਜ਼ਰਵ ਕੈਟਾਗਰੀ ਦੇ ਇਹ ਨੇੜੇ ਹੋਣ ਤੇ ਮੈਂ ਹੀ ਗਾਈਡ ਕਰਦਾ ਹਾਂ ਕਿ ਤੁਹਾਨੂੰ ਗਵਰਨਮੈਂਟ ਜੌਬ ਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਚ ਜਾਣਾ ਹੈ ਤਾਂ ਤੁਹਾਨੂੰ ਮਾਰਕਸ ਜ਼ਿਆਦਾ ਚਾਹੀਦੇ ਲੈ ਲੈਣੇ ਚਾਹੀਦੇ ਹੈ ਤੇ ਜੇ ਤੁਹਾਡਾ ਕਲੀਅਰ ਵੀ ਹੋ ਜਾਂਦਾ ਹੈ ਫਿਰ ਤੁਹਾਨੂੰ ਅਗਲੀ ਵਾਰ ਮੈਕਨਾ ਦੇਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਮਾਰਕਸ ਇਨਕਰੀਸ ਹੋ ਸਕਣ ਤੋਂ ਅਗਲੀ ਵਾਰ ਕਦੋਂ ਆਉਣਾ ਹੈ ਇਹ ਰਾਮ ਜਾਨੇ ਕਿਉਂਕਿ ਸਾਲ ਬਾਅਦ ਫਿਰ ਆਇਆ ਹੈ ਸੀਟ ਐਟ ਫਿਰ ਵੀ ਸ਼ੇਮਿੰਨੀ ਬਾਤ ਹੋ ਜਾਂਦਾ ਹੈ ਸੋ ਇਹ ਸਾਰੇ ਕਾਰਨਾ ਕਰਕੇ ਇੱਕ ਹੋਰ ਕਾਰਨ ਹੈ ਕਿ ਤੁਸੀਂ ਜਦੋਂ ਅਸਲੀ ਟੈਸਟ ਵਿੱਚ ਅਪੀਅਰ ਹੁੰਦੇ ਹੋ ਤਾਂ ਲਰਨ ਕਰਦੇ ਹੋ ਕਿ ਕਿਸ ਤਰ੍ਹਾਂ ਦੀਆਂ ਮੈਨੂੰ ਪ੍ਰੋਬਲਮ ਆਉਂਦੀਆਂ ਹਨ ਕਿਸ ਤਰ੍ਹਾਂ ਮੈਂ ਬੈਟਰ ਕਰ ਸਕਦਾ ਹਾਂ ਔਰ ਕਿਸ ਤਰ੍ਹਾਂ ਮੈਂ ਆਪਣੀ ਪਰਫਾਰਮੈਂਸ ਨੂੰ ਇੰਪਰੂਵ ਕਰ ਸਕਦਾ ਹਾਂ ਨੈਕਸਟ ਟਾਈਮ ਮੈਂ ਪੀਐਸ ਟੈਟ ਵਿੱਚ ਕਿਸ ਤਰ੍ਹਾਂ ਜਿਆਦਾ ਤੋਂ ਜਿਆਦਾ ਸਕੋਰ ਗੇਨ ਕਰ ਸਕਦਾ ਹਾਂ ਸੋ ਇਹ ਸਾਰੇ ਕਾਰਨਾ ਕਰਕੇ ਹਰ ਹਾਲਤ ਵਿੱਚ ਤੁਹਾਨੂੰ ਇਹ ਪੀਐਸ ਟੈਟ ਦੇ ਫਾਰਮ ਫਿਲ ਕਰਦੇ ਨੇ ਚਾਹੀਦੇ ਹਨ ਕੋਈ ਵੀ ਹੋਰ ਕਲੈਰੀਫਿਕੇਸ਼ਨ ਚਾਹੀਦੀ ਹੋਵੇ ਗਾਈਡਲਾਈਨ ਚਾਹੀਦੀ ਹੋਵੇ ਲਰਨ ਟੂ ਐਕਚੁਅਲਾਈਜ਼ ਡਾਕਟਰ ਤੀਰਤ ਸਿੰਘ ਮੈਂ ਨਾਲ ਨਾਲ ਤਿਆਰੀ ਦੀ ਕਰਾਂਗਾ ਪੂਰੀ ਕੋਸ਼ਿਸ਼ ਅਸੀਂ ਪੂਰੀ ਟੀਮ ਹੈ ਸਿਮਰਨਜੀਤ ਸਰ ਨੇ ਹੋਰ ਵੀ ਟੀਮ ਹੈ ਕੋਸ਼ਿਸ਼ ਹੋਏਗੀ ਤੁਹਾਨੂੰ ਮੈਕਸਿਮਮ ਅੱਛੇ ਤਰੀਕੇ ਨਾਲ ਐਡਵਾਂਸ ਟੈਕਨੋਲੋਜੀ ਨਾਲ ਔਰ ਫੀਡਬੈਕ ਬੇਸਡ ਮੈਕੈਨਿਜ਼ਮ ਦੇ ਨਾਲ ਮੈਕਸਿਮਮ ਅਸੀਂ ਜਿੰਨਾ ਵੀ ਜੋ-ਜੋ ਵੀ ਚਲੋ ਸੁਪਨੇ ਲਏ ਹਨ ਕਿ ਟੀਚਿੰਗ ਲਰਨਿੰਗ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਹੈਨਾ ਸਿਮਰਨਜੀਤ ਸਰਦਾ ਵੀ ਇਹ ਮੇਰਾ ਹੀ ਹੈ ਤੇ ਉਹ ਅਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਪੜ੍ਹਾ ਸਕੀਏ ਸੋ ਜੇ ਤੁਹਾਡਾ ਸਾਥ ਮਿਲਿਆ ਤੁਸੀਂ ਇੰਟਰਸਟ ਦਿਖਾਓਗੇ ਕੁਐਸਚਨ ਪੁੱਛੋਗੇ ਤਾਂ ਇਹ ਸੰਭਵ ਹੋ ਸਕਦਾ ਹੈ ਬਾਕੀ ਕਰਨਾ